ਗੁਰੂ ਦੀ ਬਖਸ਼ਿਸ਼, ਗੁਰੂ ਦੀ ਮਿਹਰ, ਇੱਕ ਨਵਾਂ ਦਿਨ ਚੜ੍ਹਿਆ, ਨਵਾਂ ਸਵੇਰਾ ਲੈ ਕੇ ਅਤੇ ਅਸੀਂ ਚਾਲੇ ਪਾਉਣ ਲਈ ਤਿਆਰ ਹੈਗੇ ਹਾਂ ਪੇਵਾ ਜਾਣ ਵਾਸਤੇ। ਸਭ ਤੋਂ ਪਹਿਲੇ ਫਤਿਹ ਦੀ ਸਾਂਝ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਾਲ ਪੀ ਟੀ ਸੀ ਦੇ ਸਾਰੇ ਦਰਸ਼ਕਾਂ ਨੂੰ ਅਤੇ ਟਰਬਨ ਟਰੈਵਲਰ ਵੇਖਣ ਵਾਲੇ ਸਾਰੇ ਲੋਕਾਂ ਨੂੰ, ਜਿਹੜਾ ਕਿ ਸਾਡੇ ਪ੍ਰੋਗਰਾਮ ਨੂੰ ਯੂਟਿਊਬ ਅਤੇ ਹੋਰ ਚੈਨਲਾਂ 'ਤੇ ਵੇਖਦੇ ਨੇ, ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਜੀ ਆਇਆਂ ਨੂੰ। ਇੱਥੋਂ ਪੇਵਾ ਦਾ ਰਸਤਾ ਤਕਰੀਬਨ ਸਵਾ ਘੰਟੇ ਦਾ ਹੈਗਾ ਅਤੇ ਅਸੀਂ ਹੁਣ ਚਾਲੇ ਪਾਉਣ ਲੱਗੇ ਹਾਂ ਪੇਵਾ ਜਾਣ ਵਾਸਤੇ, ਜਿੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਦੋ ਇਤਿਹਾਸਿਕ ਗੁਰਦੁਆਰਾ ਸਾਹਿਬ ਨੇ ਅਤੇ ਇਹ ਹਰਿਆਣਾ ਵਿੱਚ ਹੀ ਆਉਂਦਾ। ਆਓ ਤੁਸੀਂ ਸਾਡੇ ਨਾਲ ਵੀ ਪੇਵਾ ਚਲੋ ਅਤੇ ਯਾਤਰਾ ਦਾ ਆਨੰਦ ਮਾਣੋ। ਗੁਰਦੁਆਰਾ ਪੰਜੋਕੜਾ ਸਾਹਿਬ ਤੋਂ ਨਿਕਲਣ ਤੋਂ ਬਾਅਦ ਹੁਣ ਅਸੀਂ ਖਲੋਤੇ ਹੈਗੇ ਹਾਂ ਇਸ ਵਕਤ ਇੱਕ ਪੈਟਰੋਲ ਪੰਪ 'ਤੇ, ਜਿਹੜਾ ਕਿ ਪੇਵਾ ਜਾਣ ਦੇ ਰਸਤੇ 'ਤੇ ਹੈ। ਰਸਤੇ ਵਿੱਚ ਅਸੀਂ ਰੁਕੇ ਆਪਣੇ ਇੱਕ ਦੋਸਤ ਨੂੰ ਮਿਲਣ ਵਾਸਤੇ, ਜਿਨ੍ਹਾਂ ਦਾ ਨਾਂ ਹੈ ਕੈਪਟਨ ਸੁਰੇਸ਼। ਉਹ ਆਪ ਵੀ ਬਹੁਤ ਵੱਡੇ ਟਰੈਵਲਰ ਨੇ ਅਤੇ ਕੈਂਪਿੰਗ ਵਗੈਰਾ ਕਰਦੇ ਰਹਿੰਦੇ ਨੇ, ਬਹੁਤ ਹੀ ਚੰਗੇ ਮਿੱਤਰ ਸੀ। ਉਹਨਾਂ ਨੇ ਬੜਾ ਪਿਆਰ ਦਿੱਤਾ, ਉਹਨਾਂ ਨਾਲ ਚਾਹ ਵਾਹ ਪੈ ਕੇ ਪੀਤੀ। ਨਾਲ ਉਹਨਾਂ ਦੇ ਇੱਕ ਹੋਰ ਮਿੱਤਰ ਨੂੰ ਮਿਲੇ, ਮਨਿੰਦਰ ਸਿੰਘ ਜੀ ਸੋਢੀ, ਜਿਨ੍ਹਾਂ ਦਾ ਇੱਕ ਰੈਸਟੋਰੈਂਟ ਸੀਗਾ। ਉੱਥੇ ਜਾ ਕੇ ਮਨਿੰਦਰ ਜੀ ਦੇ ਬਾਰੇ ਪਤਾ ਲੱਗਿਆ ਕਿ ਮਨਿੰਦਰ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਉੱਤੇ ਉਹ ਕਾਫੀ ਕੁਛ ਕਰ ਚੁੱਕੇ ਨੇ, ਕਾਫੀ ਕੁਛ ਲਿਖਿਆ ਉਹਨਾਂ ਨੇ ਅਤੇ ਕਾਫੀ ਕੁਛ ਉਹਨਾਂ ਦਾ ਜਿਹੜੇ ਲੈਕਚਰਸ ਨੇ, ਹੋਰ ਚੀਜ਼ਾਂ ਨੇ, ਉਹ ਪਬਲਿਸ਼ ਹੋਈਆਂ ਨੇ ਅਤੇ ਗੁਰੂ ਆਪਣੇ ਰਸਤੇ ਆਪ ਬਣਾਈ ਜਾਂਦਾ ਪਿਆ। ਐਸਾ ਮੇਰਾ ਸੋਚਣਾ ਅਤੇ ਐਸਾ ਮੇਰਾ ਮੰਨਣਾ ਹੈ, ਨਾ ਕਿ ਖਾਲੀ ਸਿਰਫ ਸੋਚਣਾ ਹੈਗਾ। ਮੈਂ ਮਨ 'ਚ ਇੱਕ ਸੰਕਲਪ ਦਿੱਤਾ ਸੀਗਾ ਕਿ ਮਹਾਰਾਜ ਦੀ ਜਰਨੀ ਖਤਮ ਹੋਣ ਤੋਂ ਉਪਰੰਤ ਜਿਹੜੀ ਗੁਰੂ ਨਾਨਕ ਦੇਵ ਜੀ ਅਸੀਂ ਕਰ ਰਹੇ ਹੈਗੇ ਹਾਂ, ਬਾਕੀ ਸਾਰੇ ਗੁਰੂਆਂ ਦੀ ਕਰਾਂਗੇ ਅਤੇ ਦਸਵੇਂ ਗੁਰੂ ਦੀ ਵੀ ਸ਼ੁਰੂ ਕਰਨੀ ਸੀ ਅਸੀਂ। ਅਤੇ ਇੱਥੇ ਆ ਕੇ ਪਤਾ ਲੱਗਿਆ ਕਿ ਮਨਿੰਦਰ ਵੀਰ ਜੀ ਨੇ ਵੀ ਇਸ 'ਤੇ ਕਾਫੀ ਕੰਮ ਕੀਤਾ ਹੋਇਆ ਅਤੇ ਬਹੁਤ ਸਾਰੀ ਸੰਭਾਵਨਾ ਨੇ ਕਿ ਅਸੀਂ ਇਕੱਠੇ ਕੁਛ ਨਾ ਕੁਛ ਮਿਲ ਕੇ ਐਸਾ ਕੰਮ ਕਰੀਏ ਜਿਹੜਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਇਤਿਹਾਸ ਦੇ ਉੱਤੇ ਵੀ ਹੋਵੇ। ਅਤੇ ਹੁਣ ਅਸੀਂ ਪੈਟਰੋਲ ਪਵਾ ਕੇ ਅਤੇ ਚਾਲੇ ਪਾਉਣ ਲੱਗੇ ਹਾਂ ਪਹੋਵਾ ਜਾਣ ਵਾਸਤੇ, ਜਿਹਦਾ ਪਹੁੰਚਣ ਵਿੱਚ ਸਾਨੂੰ ਤਕਰੀਬਨ ਪੌਣਾ ਘੰਟਾ ਹੋਰ ਲੱਗੇਗਾ। ਸਵਾ ਘੰਟੇ ਦਾ ਰਸਤਾ ਸੀਗਾ ਜਿਹੜਾ ਕੁਛ ਅਸੀਂ ਕਵਰ ਕਰ ਲਿਆ ਅਤੇ ਪੌਣੇ ਘੰਟੇ ਤੱਕ ਅਸੀਂ ਪਹੁੰਚ ਜਾਵਾਂਗੇ। ਉੱਥੇ ਜਾ ਕੇ ਫਿਰ ਆਪ ਨੂੰ ਅਪਡੇਟ ਦੇਵਾਂਗੇ। ਤਦ ਤੱਕ ਤੁਸੀਂ ਦੇਖਦੇ ਰਹੋ ਸਪਿਰਚੁਅਲ ਜਰਨੀ ਟਰਬਨ ਟਰੈਵਲਰ ਦੀ। ਚਲਦੇ ਗਏ ਨਾਲੋ ਨਾਲੋ ਰਬਾਬ ਸੁਣਾਵੇ ਬਾਣੀ ਨੂੰ ਜਿਹੜਾ ਧਰਮ। ਪੰਜੋਕੜਾ ਸਾਹਿਬ ਗੁਰਦੁਆਰੇ ਤੋਂ ਚੱਲ ਕੇ ਅਸੀਂ ਆ ਪਹੁੰਚੇ ਹਾਂ ਪਹੋਵਾ, ਜਿਹਨੂੰ ਪੇਵਾ ਵੀ ਪੰਜਾਬੀ ਜਾਗਦੇ ਨੇ। ਇਹ ਉਹ ਸਥਾਨ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਚਰਨ ਛੋਹ ਪ੍ਰਾਪਤ, ਜਿੱਥੇ ਆਪਣੀ ਦਾਸੀ ਵੇਲੇ ਇਸ ਸਥਾਨ 'ਤੇ ਆਏ ਸੀਗੇ। ਆਖਿਆ ਜਾਂਦਾ ਹੈਗਾ ਕਿ ਇਹ ਉਹ ਸਥਾਨ ਵੀ ਹੈ ਜਿਹੜਾ ਕਿ ਹਿੰਦੂਆਂ ਦੇ ਵਾਸਤੇ ਇੱਕ ਬਹੁਤ ਮੁੱਖ ਤੀਰਥ ਹੈ। ਜਿਨ੍ਹਾਂ ਬੰਦਿਆਂ ਦੀ ਅਕਸਮਾਤ ਮ੍ਰਿਤਿਊ ਹੋ ਜਾਂਦੀ ਹੈ, ਜਿਹਨੂੰ ਆਪਾਂ ਕਹਿੰਦੇ ਹਾਂ ਅਨਨੈਚੁਰਲ ਡੈਥ, ਹਿੰਦੂ ਮਤ ਦੇ ਅਨੁਸਾਰ ਜਿਹੜੇ ਬੰਦੇ ਪਹੋਵਾ ਵਿੱਚ ਆ ਕੇ ਜਿਹੜੇ ਕੁੰਡ ਸਨਾਨ ਕਰਦੇ ਸੀਗੇ, ਉਹਨਾਂ ਨਾਲ ਉਹਨਾਂ ਨੂੰ ਮੁਕਤੀ ਮਿਲਦੀ ਹੈਗੀ, ਜਿਹਦਾ ਕਿ ਫਾਇਦਾ ਬਾਅਦ ਵਿੱਚ ਪੰਡਿਤ ਪੁਜਾਰੀਆਂ ਨੇ ਚੁੱਕਿਆ। ਪੰਡਤਾਂ ਨੇ ਲੋਕਾਂ ਨੂੰ ਗੁੰਮਰਾਹ ਕਰਨਾ ਸ਼ੁਰੂ ਕੀਤਾ ਅਤੇ ਲੋਕਾਂ ਨੂੰ ਇਹ ਕਿਹਾ ਕਿ ਅਗਰ ਤੁਸੀਂ ਸੋਨੇ ਦੇ ਆਭੂਸ਼ਣ ਇਸ ਕੁੰਡ 'ਚ ਪਾਓਗੇ ਤਾਂ ਇਹ ਉਸ ਤੋਂ 10 ਗੁਣਾ ਜ਼ਿਆਦਾ ਹੋ ਜਾਣਗੇ, ਜਿਹੜਾ ਕਿ ਵਾਸਤਵ ਵਿੱਚ ਨਹੀਂ ਹੁੰਦਾ ਸੀ। ਐਸੀ ਕੁਰੀਤੀਆਂ ਨੂੰ, ਅੰਧ ਵਿਸ਼ਵਾਸਾਂ ਨੂੰ ਅਤੇ ਕਰਮ ਕਾਂਡਾਂ ਨੂੰ ਦੂਰ ਕਰਨ ਵਾਸਤੇ ਮਹਾਰਾਜ ਇੱਥੇ ਆਏ। ਆਓ ਆਪ ਜੀ ਨੂੰ ਅੰਦਰ ਜਾ ਕੇ ਇਸ ਸਥਾਨ ਦੇ ਦਰਸ਼ਨ ਕਰਾਉਂਦੇ ਹਾਂ ਅਤੇ ਨਾਲ ਗੁਰਦੁਆਰੇ ਦਾ ਇਤਿਹਾਸ ਵੀ ਦੱਸਦੇ ਹਾਂ। ਸੁੱਖ ਮਿਲਣਾ ਨਾ ਜੱਪਿਆਂ ਦੁੱਖਾਂ ਦਾ ਨਾਸ਼ ਹੋ, ਮਨੁੱਖਤਾ ਇੱਕੋ ਇੱਕ ਧਰਮ ਸਾਡਾ ਵੰਡ ਛੱਕਿਆਂ ਹਰ ਕੋਈ ਪਾਸ ਹੋ। ਕਿਰਤ ਕਿਤਿਆਂ ਸੁੱਖ ਮਿਲਣਾ ਨਾ ਜੱਪਿਆਂ ਦੁੱਖਾਂ ਦਾ ਨਾਸ਼ ਹੋ, ਮਨੁੱਖਤਾ ਇੱਕੋ ਇੱਕ ਧਰਮ ਸਾਡਾ ਵੰਡ ਛੱਕਿਆਂ ਹਰ ਕੋਈ ਪਾਸ ਹੋ। ਤੇਰੀ ਲਿਖੀ ਗਾਈ ਹੋਈ ਬਾਣੀ, ਸਭ ਦੁੱਖਾਂ ਦਾ ਹੱਲ ਪਿਆ ਲੈ ਨਾਲ ਪਾਈ। ਇਸ ਸਥਾਨ ਦਾ ਨਾਮ ਗੁਰਦੁਆਰਾ ਬਾਓਲੀ ਸਾਹਿਬ ਹੈ। ਇਹਦਾ ਜੋ ਪਾਵਨ ਇਤਿਹਾਸ ਹੈ, ਗੁਰੂ ਸਾਹਿਬ ਪ੍ਰਚਾਰ ਦੌਰਿਆਂ 'ਤੇ ਦਰਾਏ, ਜੋ ਸਰਸਤੀ ਦਾ ਤੀਰਥ ਹੈ ਇੱਥੇ,
ਫੁਰਸਤੀ ਦੇ ਕੰਢੇ ਤੇ ਚੇਤਰ 14 ਦਾ ਮੇਲਾ ਸੀ। ਮੇਲੇ ਦੇ ਵਿੱਚ ਕਾਫੀ ਸੰਗਤ ਦੀ ਆਵਾਜਾਈ ਸੀ ਤੇ ਇੱਥੇ ਇੱਕ ਧਰਮ ਦੇ ਨਾਂ ਤੇ ਦਾਨ ਕਰਨ ਦੇ ਨਾਂ ਤੇ ਪਖੰਡ ਰਚਿਆ ਹੋਇਆ ਸੀ ਜੋ ਕਿਹਾ ਜਾਂਦਾ ਸੀ ਧਰਮੀ ਬੰਦੇ ਕਹਿੰਦੇ ਸਨ ਸੰਗਤਾਂ ਨੂੰ ਅਨਪੋਲ ਸੰਗਤਾਂ ਨੂੰ ਕਿ ਇੱਕ ਮਾਈ ਨੇ ਰਾਤ ਸੋਨੇ ਦੀ ਵਾਲੀ ਦਾਨ ਕੀਤੀ ਹੈ ਤੇ ਰਾਤੋਂ ਰਾਤ ਉਹ ਗੱਡੇ ਦੇ ਪਈ ਜਿੱਡੀ ਉਹਦਾ ਆਕਾਰ ਹੋ ਗਿਆ ਹੈ ਇੰਨਾ ਦਾਨ ਇੱਥੇ ਵੱਧਦਾ ਹੈ। ਉਸ ਸਮੇਂ ਫਿਰ ਗੁਰੂ ਨਾਨਕ ਦੇਵ ਸਾਹਿਬ ਉਹਨਾਂ ਦੇ ਪਖੰਡ ਦਾ ਪਾਜ ਦੌੜਨ ਵਾਸਤੇ ਲੋਕਾਂ ਨੂੰ ਹੱਜ ਦਾ ਰਾਹ ਦਿਖਾਉਣ ਵਾਸਤੇ ਇਸ ਸਥਾਨ 'ਤੇ ਆਏ ਸੁਸਤੀ ਦੇ ਕੰਢੇ ਦੇ ਤੀਰਥ 'ਤੇ ਅਤੇ ਉੱਥੇ ਗੁਰੂ ਜੀ ਨੇ ਉਹਨਾਂ ਲੋਕਾਂ ਨੂੰ ਧਰਮੀ ਲੋਕਾਂ ਨੂੰ ਉਪਦੇਸ਼ ਦਿੱਤਾ ਕਿ ਜੇ ਇੱਥੇ ਜਿੰਨਾ ਇੱਥੇ ਦਾਨ ਵੱਧਦਾ ਹੈ ਉਹਦੇ ਨਾਲ ਪਾਪ ਵੀ ਇੰਨਾ ਹੀ ਵੱਧਦਾ ਹੈ। ਜਿਹੜਾ ਤੁਸੀਂ ਝੂਠ ਬੋਲਦੇ ਹੋ ਵੀ ਆਹ ਦੀਵਾਲੀ ਦਾ ਦਾਨ ਵੱਧ ਕੇ ਇੰਨਾ 10 ਗੁਣਾ ਵੱਡਾ ਹੋ ਗਿਆ ਵੱਧ ਗਿਆ ਹੈ। ਸੋ ਇਸ ਤਰ੍ਹਾਂ ਹੀ ਜਿਹੜਾ ਤੁਸੀਂ ਪਾਪ ਕਰਦੇ ਹੋ ਝੂਠ ਬੋਲਦੇ ਹੋ ਲੋਕਾਂ ਨੂੰ ਠੱਗਦੇ ਹੋ ਉਹ ਵੀ ਇਸ ਤਰ੍ਹਾਂ ਹੀ ਇੰਨਾ ਹੀ ਵਧੇਗਾ ਅਤੇ ਪਾਪ ਕਰਮ ਛੱਡ ਕੇ ਧਰਮ ਦੇ ਨਾਂ 'ਤੇ ਧਰਮ ਦਾ ਪ੍ਰਚਾਰ ਕਰੋ ਲੋਕਾਂ ਨੂੰ ਸੱਚ ਦੇ ਰਾਹ 'ਤੇ ਪਾਓ। ਇੰਨੀ ਗੱਲ ਕਰਕੇ ਗੁਰੂ ਸਾਹਿਬ ਜੀ ਜੋ ਸਥਾਨ 'ਤੇ ਆਪਾਂ ਬੈਠੇ ਹਾਂ ਇਸ ਸਥਾਨ 'ਤੇ ਆ ਗਏ। ਇਸ ਸਥਾਨ ਦਾ ਨਾਮ ਗੁਰਦੁਆਰਾ ਬੋਲੀ ਸਾਹਿਬ ਹੈ। ਇਸ ਸਥਾਨ ਦੀ ਮਹਾਂਪੁਰਖ ਬਾਬਾ ਜੀਵਨ ਸਿੰਘ ਜੀ ਬਾਬਾ ਦਲੀਪ ਸਿੰਘ ਜੀ ਉਹਨਾਂ ਨੇ ਸੇਵਾ ਕਰਵਾਈ ਹੈ। ਦਰਬਾਰ ਬਣਾਇਆ ਸਰੋਵਰ ਸਾਹਿਬ ਬਣਾਇਆ ਹੈ। ਲੰਗਰ ਚੱਲਦਾ 24 ਘੰਟੇ ਸੰਗਤਾਂ ਦੀ ਸੇਵਾ ਵਾਸਤੇ। ਬੋਲੀ ਸਾਹਿਬ ਵੀ ਇੱਥੇ ਬਣੀ ਹੋਈ ਹੈ ਜਿਹਦੀ ਸੇਵਾ ਮਹਾਂਪੁਰਖਾਂ ਨੇ ਆਪਣੇ ਹੱਥੀਂ ਕਰਵਾਈ ਹੈ। ਪੂਰਾ ਸਾਹਿਬ ਇਸ ਸਥਾਨ ਦਾ ਸੰਗਤਾਂ ਦਰਸ਼ਨ ਕਰਕੇ ਨਿਹਾਲ ਹੁੰਦੀਆਂ ਨੇ। ਇਸ ਸਥਾਨ 'ਤੇ ਚੇਤਰ 14 ਦਾ ਮੇਲਾ ਬੜੀ ਵੱਡੀ ਭਾਰੀ ਗਿਣਤੀ 'ਚ ਲੱਗਦਾ ਹੈ। ਹਰ ਮੱਸਿਆ ਮਨਾਈ ਜਾਂਦੀ ਹੈ, ਮਹਾਂਪੁਰਖਾਂ ਦੀ ਬਰਸੀ ਮਨਾਈ ਜਾਂਦੀ ਹੈ ਅਤੇ ਦੋ ਗੁਰਪੁਰਬ ਸਾਹਿਬ ਮਨਾਏ ਜਾਂਦੇ ਨੇ ਜੋ ਸੰਗਤਾਂ ਦਾ ਬਹੁਤ ਭਾਰੀ ਇਕੱਠ ਹੁੰਦਾ ਹੈ ਅਤੇ ਵੈਸੇ ਵੀ ਆਮ ਰੂਟੀਨ ਵਿੱਚ ਵੀ ਸੰਗਤਾਂ ਕਾਫੀ ਇੱਥੇ ਦਰਸ਼ਨ ਕਰਕੇ ਨਿਹਾਲ ਹੁੰਦੇ ਨੇ ਅਤੇ ਸੰਗਤਾਂ ਦੀ ਆਵਾਜਾਈ ਰਹਿੰਦੀ ਹੈ। ਹੁਣ ਵੀ ਜੋ ਪ੍ਰਬੰਧ ਹੈ ਮਹਾਂਪੁਰਖ ਬਾਬਾ ਅਮਰਿੰਦਰ ਸਿੰਘ ਜੀ ਕਾਰ ਸੇਵਾ ਵਾਲਿਆਂ ਦਾ ਚਲਾ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਖਸ਼ ਦੇਵੀ ਮੇਰੇ, ਬਖਸ਼ ਦੇਵੀ ਮੇਰੇ, ਤੂੰ ਗੁਨਾ ਬਾਬਾ ਨਾਨਕਾ ਛੱਡੀ ਨਾ ਕਦੇ ਮੇਰੀ ਬਾਬਾ ਨਾਨਕਾ ਛੱਡੀ ਨਾ ਕਦੇ ਮੇਰੀ ਬਾਬਾ ਨਾਨਕਾ ਸਤਿਗੁਰੂ ਨਾਨਕ ਧੰਨ ਗੁਰੂ ਨਾਨਕ ਸਤਿਗੁਰੂ ਨਾਨਕ ਧੰਨ ਗੁਰੂ ਨਾਨਕ ਤੂੰ ਹੀ ਦੁਨੀਆ ਵਾਲੀ ਖੇਡ ਰਚਾਈ। ਜਿਸ ਸਥਾਨ 'ਤੇ ਅਸੀਂ ਖਲੋਤੇ ਹੈਗੇ ਹਾਂ ਇਸ ਸਥਾਨ ਦੇ ਉੱਤੇ ਇੱਕ ਸੋਹਣਾ ਜਿਹਾ ਸਰੋਵਰ ਬਣਿਆ ਹੈ, ਇੱਕ ਬਾਉਲੀ ਸਾਹਿਬ ਵੀ ਹੈ ਅਤੇ ਥੱਲੇ ਇੱਕ ਪੌਰਾ ਸਾਹਿਬ ਬਣਿਆ ਹੈ ਜਿਹਦੇ ਅੰਦਰ ਉਹ ਪੁਰਾਣਾ ਸਥਾਨ ਹੈ ਜਿੱਥੇ ਕਿ ਇੱਕ ਟਿੱਬਾ ਹੋਇਆ ਕਰਦਾ ਸੀ ਜਿੱਥੇ ਮਹਾਰਾਜ ਆ ਕੇ ਬਿਰਾਜੇ ਸੀ ਅਤੇ ਉਹਨਾਂ ਨੇ ਤਪ ਕੀਤਾ ਸੀਗਾ। ਆਓ ਤੁਹਾਨੂੰ ਸਾਰੇ ਸਥਾਨਾਂ ਦੇ ਦਰਸ਼ਨ ਕਰਾਉਂਦੇ ਹਾਂ। ਸਵੱਲੀ ਰੱਖ ਮੇਰੇ ਦੇਵੀ, ਸਵੱਲੀ ਰੱਖ ਮੇਰੇ ਤੇ, ਸਵੱਲੀ ਰੱਖ। ਜਿਸ ਬਾਵਲੀ ਸਾਹਿਬ ਦੇ ਆਪ ਜੀ ਦਰਸ਼ਨ ਕਰ ਰਹੇ ਹੈਗੇ ਹੋ, ਇਹ ਬਾਵਲੀ ਸਾਹਿਬ 500 ਸਾਲ ਤੋਂ ਵੀ ਜ਼ਿਆਦਾ ਪੁਰਾਣੀ ਹੈ। ਇਤਿਹਾਸਕਾਰਾਂ ਦਾ ਇਸ ਤਰ੍ਹਾਂ ਆਖਣਾ ਹੈ ਕਿ ਜਿਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਇੱਥੇ ਆਏ ਸੀ, ਇਹ ਬਾਵਲੀ ਇੱਥੇ ਪਹਿਲੇ ਤੋਂ ਹੀ ਸਥਾਪਿਤ ਸੀ। ਇਸ ਸਥਾਨ 'ਤੇ ਮਹਾਰਾਜ ਨੇ ਬੈਠ ਕੇ ਪਾਣੀ ਛਕਿਆ ਸੀ, ਇਸ ਕਰਕੇ ਕਲਾਂਤਰ ਵਿੱਚ ਇਸ ਸਥਾਨ ਦਾ ਨਾਂ ਗੁਰਦੁਆਰਾ ਬਾਵਲੀ ਸਾਹਿਬ ਪਿਆ। ਆਓ ਆਪ ਜੀ ਵੀ ਇਸ ਪਵਿੱਤਰ ਬਾਵਲੀ ਸਾਹਿਬ ਦੇ ਦਰਸ਼ਨ ਕਰੋ। ਗੁਰਦੁਆਰਾ ਸਾਹਿਬ ਦੇ ਪ੍ਰਾਂਗਣ ਵਿੱਚ ਜਿਸ ਸੋਹਣੇ ਸਰੋਵਰ ਦੇ ਆਪ ਜੀ ਦਰਸ਼ਨ ਕਰ ਰਹੇ ਹੈਗੇ ਹੋ, ਇਹ ਸੰਨ 1950 ਵਿੱਚ ਬਾਬਾ ਜੀਵਨ ਸਿੰਘ ਜੀ ਜਿਹੜੇ ਕਾਰ ਸੇਵਾ ਵਾਲੇ ਬਾਬਾ ਜੀ ਸੀ ਉਹਨਾਂ ਦੁਆਰਾ ਬਣਵਾਇਆ ਗਿਆ। ਇੱਥੇ ਸੰਗਤਾਂ ਆ ਕੇ ਇਸ਼ਨਾਨ ਕਰਦੀਆਂ ਨੇ ਅਤੇ ਉਹਨਾਂ ਦੇ ਦੁੱਖ ਰੋਗ ਕੱਟੇ ਜਾਂਦੇ ਨੇ, ਐਸੀ ਆਸਥਾ ਹੈਗੀ ਅਤੇ ਪੂਰਨਮਾਸ਼ੀ ਵਾਲੇ ਦਿਹਾੜੇ ਇੱਥੇ ਬਹੁਤ ਵੱਡਾ ਮੇਲਾ ਲੱਗਦਾ ਹੈ। ਆਪ ਜੀ ਜਿਸ ਸਥਾਨ ਪੌਰਾ ਸਾਹਿਬ ਦੇ ਦਰਸ਼ਨ ਕਰ ਰਹੇ ਹੈਗੇ ਹੋ, ਇਹ ਉਹ ਇਤਿਹਾਸਿਕ ਸਥਾਨ ਹੈ ਜਿੱਥੇ ਮਹਾਰਾਜ ਨੇ ਤਪ ਕੀਤਾ ਸੀਗਾ। ਇੱਥੇ ਇੱਕ ਟਿੱਬਾ ਹੋਇਆ ਕਰਦਾ ਸੀਗਾ। ਇਸ ਸਥਾਨ ਦੇ ਉੱਤੇ ਇੱਕ ਭਵਿਕ ਗੁਰਦੁਆਰੇ ਦਾ ਨਿਰਮਾਣ ਹੋਣ ਦੇ ਕਾਰਨ ਇਹ ਇੱਕ ਪੌਰੇ ਵਿੱਚ ਪਰਿਵਰਤਿਤ ਹੋ ਗਿਆ। ਸੰਗਤਾਂ ਇੱਥੇ ਆਉਂਦੀਆਂ ਨੇ ਅਤੇ ਇਸ ਸਥਾਨ ਦੇ ਦਰਸ਼ਨ ਕਰਦੀਆਂ ਨੇ। ਆਪ ਵੀ ਇਸ ਸਥਾਨ ਦੇ ਦਰਸ਼ਨ ਕਰੋ। ਧੰਨ ਗੁਰੂ ਨਾਨਕ।
ਕਾਲਾ ਸਰਬਤ ਦਾ ਮੰਗਣਾ ਬਾਬਾ ਤੂੰ ਸਿਖਾਇਆ ਏ ਭਲਾ ਸਰਬਤ ਦਾ ਮੰਗਣਾ ਬਾਬਾ ਤੂੰ ਸਿਖਾ ਗੁਰਦੁਆਰਾ ਬਾਓਲੀ ਸਾਹਿਬ ਦੇ ਦਰਸ਼ਨ ਕਰਨ ਤੋਂ ਉਪਰੰਤ ਹੁਣ ਸ਼ਾਮ ਹੋ ਚੱਲੀ ਹੈ ਰਾਤ ਅਸੀਂ ਐਸੀ ਸਥਾਨ 'ਤੇ ਰੁਕਾਂਗੇ ਇੱਥੇ ਦੀ ਸਰਾਂ ਦੇ ਵਿੱਚ ਅਤੇ ਕੱਲ੍ਹ ਰੋਜ਼ਾਨਾ ਦੀ ਤਰ੍ਹਾਂ ਆਪ ਜੀ ਨੂੰ ਇੱਕ ਹੋਰ ਨਵੇਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਵਾਂਗੇ ਤਦ ਤੱਕ ਤੁਸੀਂ ਬਣੇ ਰਹੋ ਅਤੇ ਦੇਖਦੇ ਰਹੋ ਟਰਬਨ ਟਰੈਵਲਰ ਦੀ ਸਪਿਰਚੁਅਲ ਜਰਨੀ ਔਨ PTC ਨੈਟਵਰਕ ਛੱਡੀ ਨਾ ਕਦੇ ਮੇਰੀ ਬਾਬਾ ਨਾਨਕਾ ਬਖਸ਼ ਦੇਵੀ ਮੇਰੇ ਬਖਸ਼ ਦੇਵੀ ਮੇਰੇ ਬਖਸ਼ ਦੇਵੀ ਮੇਰੇ ਤੂੰ ਗੁਨਾ ਬਾਬਾ ਨਾਨਕਾ ਛੱਡੀ ਨਾ ਕਦੇ ਮੇਰੀ ਬਾਬਾ ਨਾਨਕਾ